ਇਹ ਮੋਟਰਸਾਈਕਲ ਅਤੇ ਕਾਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਖੜੀਆਂ ਤੁਹਾਨੂੰ ਅਕਸਰ ਹੀ ਦਿਖ ਜਾਣਗੀਆਂ। ਇਹ ਕਬਾੜ ਰੂਪੀ ਮੋਟਰਸਾਈਕਲ ਕਾਰਾਂ ਤੁਸੀਂ ਅਕਸਰ ਹੀ ਦੇਖਦੇ ਹੋ, ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਹੋ, ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਖੜੇ ਹੁੰਦੇ ਆ, ਸੈਂਕੜਿਆਂ ਦੀ ਗਿਣਤੀ ਵਿੱਚ ਕਾਰਾਂ ਖੜੀਆਂ ਹੁੰਦੀਆਂ ਤੇ ਉਹ ਖਤਮ ਹੁੰਦੀਆਂ ਜਾਂਦੀਆਂ। ਇਸ ਦਾ ਕਾਰਨ ਕੀ ਹੈ? ਇਹ ਤੁਸੀਂ ਅਕਸਰ ਹੀ ਦੇਖੋਗੇ ਭਰੇ ਪਏ ਆ ਥਾਣੇ ਇਸ ਦੇ ਨਾਲ। ਇਸ ਦਾ ਕਾਰਨ ਇਹ ਹੈ ਕਿ ਜਦ ਵੀ ਕੋਈ ਵਿਅਕਤੀ ਕੋਈ ਵੀ ਜੁਰਮ ਕਰਦਾ ਹੈ, ਜੇਕਰ ਉਸ ਕੋਲ ਜਿਹੜਾ ਵੀ ਸਾਧਨ ਹੈ, ਚਾਹੇ ਉਹ ਐਕਸੀਡੈਂਟ ਹੋ ਜਾਵੇ, ਚਾਹੇ ਉਸ ਕੋਲੋਂ ਨਸ਼ਾ ਪਕੜਿਆ ਜਾਵੇ, ਚਾਹੇ ਉਹ ਕੋਈ ਚੋਰੀ ਕਰਕੇ ਜਾ ਰਿਹਾ ਹੋਵੇ, ਜੇ ਉਸ ਕੋਲੋਂ ਸਾਧਨ ਮਿਲਦਾ ਤਾਂ ਬਰਾਬਰ ਪਰਚਾ ਉਸ ਸਾਧਨ 'ਤੇ ਵੀ ਹੁੰਦਾ। ਉਸ ਦੇ ਉੱਪਰ ਤੁਸੀਂ ਦੇਖਿਆ ਹੋਣਾ ਟੈਂਕੀ ਦੇ ਉੱਪਰ ਲਿਖ ਦਿੱਤਾ ਜਾਂਦਾ ਹੈ ਕਿ ਇਹ ਧਾਰਾ ਅਧੀਨ ਇਹ ਮੋਟਰਸਾਈਕਲ 'ਤੇ ਪਰਚਾ ਹੈ। ਪਰ ਇੱਕ ਇਹ ਗੱਲ ਵੀ ਹੈ ਕਿ ਜਦੋਂ ਵਿਅਕਤੀ ਦੀ ਜ਼ਮਾਨਤ ਹੁੰਦੀ ਹੈ ਤਾਂ ਮੋਟਰਸਾਈਕਲ ਦੀ ਜ਼ਮਾਨਤ ਸਾਧਨ ਦੀ ਜ਼ਮਾਨਤ ਉਸ ਤੋਂ ਪਹਿਲਾਂ ਹੀ ਹੋ ਜਾਂਦੀ ਹੈ, ਉਹ ਜ਼ਮਾਨਤ ਕਰਕੇ ਵਿਅਕਤੀ ਪ੍ਰਾਪਤ ਕਰ ਸਕਦਾ। ਪਰ ਬਹੁਤੇ ਮੋਟਰਸਾਈਕਲਾਂ ਦੇ ਕਾਰਾਂ ਦੇ ਕਾਗਜ਼ਾਤ ਹੀ ਨਹੀਂ ਪੂਰੇ ਹੁੰਦੇ, ਜਿਸ ਕਰਕੇ ਉਹ ਮੋਟਰਸਾਈਕਲ ਅਤੇ ਕਾਰਾਂ ਪੁਲਿਸ ਸਟੇਸ਼ਨਾਂ ਦੇ ਵਿੱਚ ਖੜੀਆਂ ਗਲੀ ਜਾਂਦੀਆਂ। ਸਰਕਾਰ ਦਾ ਵੀ ਅਜਿਹਾ ਪ੍ਰਬੰਧ ਹੈ ਕਿ ਨਾ ਤਾਂ ਇਹਨਾਂ ਨੂੰ ਕਿਸੇ ਬਿਲੇ ਲਗਾਉਂਦੇ ਹੈ, ਨਾ ਇਹਨਾਂ ਨੂੰ ਵੇਚਦੇ ਆ, ਨਾ ਇਹਨਾਂ ਦੀ ਬੋਲੀ ਲਗਾਉਂਦੇ ਆ, ਨਾ ਹੀ ਇਹ ਹੈ ਕਿ ਮਾਲਕਾਂ ਨੂੰ ਸਪੁਰਦਾਰੀ ਕਰਦੇ ਹਨ ਕੋਈ ਸੌਖਾ ਰਾਹ ਬਣਾ ਕੇ। ਇਹ ਕਰੋੜਾਂ ਰੁਪਈਆਂ ਦਾ ਸਾਧਨ ਪੁਲਿਸ ਸਟੇਸ਼ਨਾਂ ਦੇ ਵਿੱਚ ਗਲ ਸੜ ਰਿਹਾ। ਇਸ ਦਾ ਕਾਰਨ ਇਹੀ ਹੈ ਕਿ ਸਾਡਾ ਪ੍ਰਬੰਧ ਕਿੱਥੇ ਹੈ, ਸਾਡੇ ਪ੍ਰਬੰਧ 'ਚ ਕਿੰਨੀਆਂ ਔਣਤਾਈਆਂ। ਤੁਸੀਂ ਕਿਸੇ ਵੀ ਵਿਅਕਤੀ ਦਾ ਮੋਟਰਸਾਈਕਲ ਲੈ ਲਓ, ਉਸ ਦੇ ਕਾਗਜ਼ ਨਹੀਂ ਪੂਰੇ ਹੋਣਗੇ, ਕਾਗਜ਼ ਨਹੀਂ ਪੂਰੇ, ਉਸ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਜਿਵੇਂ ਚੋਰੀ ਕਰਦਾ ਪਕੜਿਆ ਗਿਆ, ਕੋਈ ਐਕਸੀਡੈਂਟ ਵਿੱਚ ਪਕੜਿਆ ਗਿਆ, ਜ਼ਮਾਨਤ ਵੀ ਹੋ ਜਾਂਦੀ ਹੈ। ਅਤੇ ਪਰ ਕੁਛ ਪੁਲਿਸ ਦੀਆਂ ਵੀ ਊਣਤਾਈਆਂ ਹੁੰਦੀਆਂ, ਉਹ ਜਾਣ ਬੁੱਝ ਕੇ ਵੀ ਖਰਾਬ ਕਰਦੇ ਆ, ਛੱਡਦੇ ਨਹੀਂ। ਅਤੇ ਇਹ ਵੀ ਹੈ ਕਿ ਪੁਲਿਸ ਸਟੇਸ਼ਨਾਂ ਦੇ ਵਿੱਚ ਖੜ੍ਹੇ ਇਹਨਾਂ ਸਾਧਨਾਂ ਦੇ ਚੰਗੇ ਚੰਗੇ ਪੁਰਜੇ ਪੁਲਿਸ ਵਾਲਿਆਂ ਦੇ ਮੋਟਰਸਾਈਕਲਾਂ ਦੇ ਵਿੱਚ ਵੀ ਫਿੱਟ ਹੋ ਜਾਂਦੇ ਆ। ਚੰਗਾ ਟਾਇਰ ਹੋਵੇ ਬਦਲ ਲਿਆ ਜਾਂਦਾ ਹੈ, ਚੰਗੀ ਬੈਟਰੀ ਹੋਵੇ ਬਦਲ ਲਈ ਜਾਂਦੀ ਹੈ, ਚੰਗੀ ਲਾਈਟ ਹੋਵੇ ਬਦਲ ਲਈ ਜਾਂਦੀ ਹੈ। ਜੇ ਕਈ ਵਾਰੀ ਕੋਈ ਸ਼ੌਂਕ ਨੂੰ ਚੀਜ਼ ਲੱਗੀ ਹੋਵੇ ਤਾਂ ਇੱਕ ਮਿੰਟ ਹੀ ਲੱਗਦਾ, ਉਹਨੂੰ ਤਾਂ ਪਹਿਲਾਂ ਹੀ ਲਾ ਲਿਆ ਜਾਂਦਾ ਹੈ। ਅਲਾਏ ਵੀਲ ਹੋਣ, ਅਲਾਏ ਵੀਲ ਲਗਾ ਲਏ ਜਾਂਦੇ ਆ। ਤਾਂ ਇਹ ਥਾਣਿਆਂ ਵਿੱਚ ਖੜ੍ਹੇ ਅਨੇਕਾਂ ਮੋਟਰਸਾਈਕਲ ਸਰਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਂ ਤਾਂ ਮਾਲਕਾਂ ਨੂੰ ਦੇ ਦੇਣੇ ਚਾਹੀਦੇ ਹੈ, ਜਾਂ ਫਿਰ ਇਹਦੀ ਪ੍ਰੋਪਰ ਬੋਲੀ ਕਰਵਾ ਕੇ ਇਹਨਾਂ ਨੂੰ ਖਤਮ ਕਰਨਾ ਚਾਹੀਦਾ। ਕਿਉਂਕਿ ਪੁਲਿਸ ਸਟੇਸ਼ਨਾਂ ਦੇ ਵਿੱਚ ਜਗ੍ਹਾ ਘੇਰੀ ਖੜਿਆ ਅਤੇ ਗਲ ਰਿਹਾ, ਸਰਕਾਰ ਦੇ ਖਜ਼ਾਨੇ 'ਚ ਕੁਛ ਪੈਸਾ ਆਵੇ, ਕੋਈ ਚਾਰ ਪੈਸੇ ਆਉਣ, ਤਾਂ ਕਿ ਜਿਹੜਾ ਇੰਨਾ ਜਗ੍ਹਾ ਘੇਰੀ ਹੈ ਇਹ ਵੀ ਬੰਦ ਹੋਵੇ ਅਤੇ ਸਰਕਾਰ ਨੂੰ ਵੀ ਇਸਦਾ ਕੋਈ ਲਾਭ ਹੋਵੇ। ਇਹ ਰਿਪੋਰਟ ਦਿਖਾਉਣ ਦਾ ਮਕਸਦ ਸੀ, ਤੁਹਾਨੂੰ ਆਪਣੇ ਪੁਲਿਸ ਸਟੇਸ਼ਨ ਦੇ ਵਿੱਚ ਦੇਖੀ ਜਾਣਗੇ, ਅਕਸਰ ਮਿਲ ਜਾਂਦਿਆਂ ਆਉਂਦਿਆਂ ਤੁਹਾਨੂੰ ਅਜਿਹੇ ਸਾਧਨ ਉੱਥੇ ਮਿਲਣਗੇ, ਜਿਹੜੇ ਲੱਖਾਂ ਰੁਪਈਆਂ ਦੇ ਕਰੋੜਾਂ ਰੁਪਈਆਂ ਦੇ ਸਾਧਨ ਗਲ ਸੜ ਤੇ ਕਬਾੜ ਬਣ ਰਹੇ ਆ।